सुजानपुर पठानकोट मार्ग पिछले लंबे समय से खस्ता हाल है। टुडे हेडलाइंस की ओर से, पिछले लंबे समय से इस रोड के बारे में कई बार खबर प्रकाशित की गई है, लेकिन कई बार खबर दिखाए जाने के बावजूद प्रशासन जाग नहीं रहा। इस मार्ग पर कई मौतें हो चुकी हैं, लेकिन इतनी जाने जाने के बाद भी प्रशासन हाथ पे हाथ धरे बैठा है। स्थानीय नागरिकों ने इस खूनी सड़क की मरम्मत की अपील की है। मालक होंगे जे सीएम तक ये चीज नहीं पुजती, डीसी साहब तक तो पुजती है ना, तो हूं इलेक्शन आ गया है, कल ना कहना जी सानू वोट दो। मैं लोगों को बार बार कहना सुजानपुरिया ड्यूटी कर दांगे। इन्हां लोकां नूं शर्म नहीं लीडरां नूं, और सब तो ज्यादा जिहड़े वोट पाउंदे आ कमीने लोग, इन्हां नूं शर्म नहीं दिखदे। साडे तुहाडे च ही ने बच्चा कैसा मर जांदा है, पिछे जी पहले दो तीन मुंडे मर गए ना बेचारे। इस रोड की कोई प्यो ही है नहीं, कोई मां ही है नहीं, मर गए ना सारे। मेरी ये लोगों अगे बेनती है, मेरा ये रोस प्रकट हो रहा बेनती दे, मर गए हो, मर गए हो, मर गए हो। जे साडा कहदा मरिया तो तुहाडा भी मरना ही मरना। सुजानपुर का लीडर मुक गए ने, एम सी के इलेक्शन होए ने, वह होर ही गल्लां करी जान रहे ने। कोई यह मेरा एम सी पिंड का खड़ोता था, इन जनानी चुकया बेचारी, और सारे कट्ठे हो गए जाए कोई एम्बूलेंस का बंदोबस्त कर, कोई इस रोड का कोई हल कटन। ये तो भाजी हूँ ट्रेना घट चल रही है, 2 किलोमीटर का इतने ना अपना ब्लॉक लगा हों, जिले गड्डिया जा 100 की स्पीड से जाए, तो दिहाड़ी का जरूरी है, हो नहीं सकता भी एक एक्सीडेंट ना हो, होना ही होना। असी तो तंग आ गए इस काम के पिछों, ਅਸੀਂ ਕਿਹਦੀ ਕਿਹਦੀ ਰਾਖੀ ਕਰੀਏ, ਇਹ ਪ੍ਰਸ਼ਾਸਨ ਮਰ ਗਿਆ। ਮੰਗ ਸਾਡੀ ਕੱਖ ਨਹੀਂ, ਮੈਨੂੰ ਕਹਿੰਦਾ ਦੇਣਾ ਕੋਈ ਪੈਂਟ ਕੋਟ ਲੈ ਕੇ ਦੇਣਾ, ਅਸੀਂ ਕਹਿੰਦੇ ਰੋਡ ਹੀ ਬਣਾ ਦਿਓ ਭਾਈ, ਹੋਰ ਕੱਖ ਨਹੀਂ ਚਾਹੀਦਾ ਸਾਨੂੰ। ਇਹਨਾਂ ਨੂੰ ਸ਼ਰਮ ਨਹੀਂ ਚਾਹੀਦੀ ਆ ਲੀਡਰਾਂ ਨੂੰ, ਤੇ ਨਾਲ ਜਿਹੜੇ ਇੱਥੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਨੇ ਲੋਕ। ਰੋਡ ਕਾਫੀ ਦੇਰ ਤੋਂ ਖਰਾਬ ਆ, ਕੀ ਕਹਿਣਾ ਚਾਹੁੰਦਾ ਸਰ? ਮੈਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦਾ ਕਿ ਬੜੀ ਸ਼ਰਮ ਵਾਲੀ ਗੱਲ ਹੈ, ਰੋਡ ਨਹੀਂ ਬੰਦਾ ਕੋਈ ਇਸ਼ੂ ਨਹੀਂ ਹੈ, ਬਟ ਕਮ ਸੇ ਕਮ ਖੱਡੇ ਤੇ ਭਰਾ ਦਿਓ, ਲੋਕਾਂ ਦੀ ਜਾਨਾਂ ਦੇ ਬਚਨ। ਨਿਤ ਪ੍ਰਤੀ ਦਿਨ ਡੇਲੀ ਹੀ ਕੋਈ ਨਾ ਕੋਈ ਐਕਸੀਡੈਂਟ ਬਣਦਾ। ਹੁਣ ਵੀ ਜਸਟ ਅੱਧਾ ਘੰਟਾ ਪਹਿਲਾਂ ਮੈਂ ਆ ਰਿਹਾ ਸੀਗਾ ਪਠਾਨਕੋਟ ਤੋਂ, ਇੱਕ ਸੁਜਾਨਪੁਰ ਦਾ ਸੀਗਾ, ਕੋਈ ਇੱਕ ਆਪਣੀ ਬੇਟੀ ਨੂੰ ਲੈ ਕੇ ਆ ਰਿਹਾ, ਉਹ ਐਕਸੀਡੈਂਟ ਹੋਇਆ, ਮੈਂ ਆਪ ਚੁੱਕਿਆ ਜਾ ਕੇ ਖੜਾ ਹੋ ਕੇ। ਇਹ ਵੀ ਸ਼ੁਕਰ ਕਰੋ ਪਰਮਾਤਮਾ, ਉਹ ਕੱਚੇ ਵਾਲੇ ਪਾਸੇ ਡਿੱਗੇ ਨੇ ਅਤੇ ਬਚਾਅ ਹੋ ਗਿਆ ਉਹਨਾਂ ਦਾ, ਬਟ ਨਿਤ ਕਾਫੀ ਜਾਨਾਂ ਜਿਹੜੀਆਂ ਇੱਥੇ ਜਾ ਚੁੱਕੀਆਂ ਨੇ। ਅਸੀਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਹਾਂ, ਨਹੀਂ ਰੋਡ ਬਣਾ ਸਕਦੇ, ਸਿਰਫ ਖਾਲੀ ਖੱਡੇ ਅੱਛੀ ਤਰ੍ਹਾਂ ਇਹਦੀ ਮੁਰੰਮਤ ਕਰਾਈ ਜਾਏ, ਤਾਂ ਕਿ ਕੋਈ ਹਾਦਸੇ ਦਾ ਕਾਰਨ ਨਾ ਬਣੇ। ਮੈਂ ਰਮੇਸ਼ ਚੰਦ, ਪਿੰਡ ਕਾਲਾ ਸੁਜਾਨਪੁਰ। ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਹਾਂ ਵੀ ਜਿਹੜਾ ਸਾਡਾ ਰੋਡ ਕਾਠ ਵਾਲੇ ਪੁਲ ਤੋਂ ਲੈ ਕੇ ਸੁਜਾਨਪੁਰ ਤੱਕ ਬਹੁਤ ਹੀ ਟੁੱਟਿਆ ਹੋਇਆ ਹੈ, ਇੰਨਾ ਕੁ ਰੋਡ ਟੁੱਟਿਆ ਵੀ ਪਤਾ ਨਹੀਂ ਲੱਗਦਾ ਵੀ ਕੋਈ ਗੱਡੀ ਇੱਧਰੋਂ ਜਾਂਦੀ, ਕੋਈ ਉਹਦੇ ਵਿੱਚ ਵੱਜਦੇ ਨਾ ਤਾਂ ਲੋਕ ਡਿੱਗ ਪੈਂਦੇ ਨੇ। ਇਹਦੇ ਬੇਨਤੀ ਕਰਦਾ ਮੈਂ ਇਹਦੇ ਅੱਗੇ ਪ੍ਰਸ਼ਾਸਨ ਅੱਗੇ, ਇਹ ਜਿਹੜਾ ਰੋਡ ਆ ਜਿਹੜਾ ਕਿਰਪਾ ਕਰਕੇ ਇਹਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਨ, ਅਤੇ ਰੋਡ ਜਿਹੜਾ ਜਲਦੀ ਤੋਂ ਜਲਦੀ ਬਣਾਇਆ ਜਾਵੇ, ਕਿਉਂਕਿ ਮੈਂ ਹੱਲੀ ਹੱਲੀ ਹੁਣੇ ਥੋੜ੍ਹੀ ਦੇਰ ਹੋਇਆ, ਜਿਹਦੇ ਕੋਈ ਡਿੱਗਦਾ ਤਾਂ ਐਂ ਤਾਂ ਮੇਰਾ ਇਲਾਕਾ ਹੀ ਆ, ਕੰਮ ਤਾਂ ਮੈਨੂੰ ਕੀ ਕਰਨਾ ਪੈਂਦਾ, ਉਹ ਮੈਂ ਚੁੱਕ ਕੇ ਚਲੋ ਪਜਾ ਦੇਣਾ ਕਿਤੇ ਕਿਤੇ ਟਿਕਾਣਾ, ਕਿਉਂਕਿ ਵੱਧ ਕਿਸਮਤ ਨਾਲ ਜਿਹੜੇ ਵਿਚਾਰੇ ਜਿਹੜੇ ਵਧੀ ਦੇ ਹੋਏ ਤਾਂ ਬਚ ਜਾਂਦੇ ਨੇ, ਕਈ ਲੋਕ ਇੰਨੇ ਕੁ ਇੱਥੇ ਹੁੰਦੇ ਨੇ ਐਕਸੀਡੈਂਟ, ਇਹ ਪਰਮਾਤਮਾ ਹੀ ਹੈ ਬਚਾਉਣ ਵਾਲਾ, ਲੇਕਿਨ ਬੰਦਾ ਕੋਈ ਕਿਸਾ ਨਹੀਂ ਛੱਡਦਾ। ਬਹੁਤ ਹੀ ਜ਼ਿਆਦਾ ਘਟਨਾ ਹੁੰਦੀਆਂ ਨਾ ਹਫ਼ਤੇ ਦੇ ਵਿੱਚ, ਬਹੁਤਾ ਨਹੀਂ ਤਾਂ 3-4 ਵਾਰੀ ਤਾਂ ਹੋ ਹੀ ਜਾਂਦਾ, 3-4 ਵਾਰੀ ਕਿਤੇ ਨਾ ਕਿਤੇ ਬੱਝਿਆ ਹੁੰਦਾ, ਕੋਈ ਨਾ ਕੋਈ ਬੱਝਿਆ ਹੁੰਦਾ। ਪਰ ਚਲੋ ਇਹ ਆ ਵੀ ਮੇਰੇ ਇਲਾਕੇ ਦੇ ਜਿਹੜੇ ਲੋਕ ਨੇ ਇੱਧਰ ਦੇ ਰਹਿਣ ਵਾਲੇ ਮੁੰਡੇ, ਇਹ ਮਦਦ ਕਰ ਦਿੰਦੇ ਨਾ, ਅਤੇ ਕਿਤੇ ਕਿਤੇ ਉਹਨਾਂ ਜਗ੍ਹਾ 'ਤੇ ਹੋਸਪਿਟਲ ਕਿਤੇ ਪਹੁੰਚਾ ਸਕਦਾ, ਪੰਜਾਬ ਵੀ ਪਹੁੰਚਾ ਦਿੰਦਾ, ਪਠਾਨਕੋਟ ਵੀ ਪਹੁੰਚਾ ਦਿੰਦਾ। ਪਰ ਮੈਂ ਇਹ ਆਪਣੇ ਜਿਹੜੇ ਨੌਜਵਾਨ ਮੁੰਡੇ ਕੰਮ ਕਰਦੇ ਨਾ, ਮੈਂ ਇੱਦਾਂ ਵੀ ਬਹੁਤ ਬਹੁਤ ਧੰਨਵਾਦ ਕਰਨਾ, ਅਤੇ ਸਰਕਾਰ ਅੱਗੇ ਫਿਰ ਬੇਨਤੀ ਕਰਦਾ, ਇਹ ਜਿਹੜਾ ਰੋਡ ਦੀ ਇੰਨੀ ਹਾਲਤ ਮਾੜੀ ਹੋਈ ਨਾ, ਇਹ ਰੋਡ ਅੱਜ ਤੋਂ ਮੇਰੇ ਖਿਆਲ 'ਚ ਘੱਟੋ ਘੱਟ ਵੀ 4-5 ਸਾਲ 10 ਸਾਲ ਹੀ ਲਾ ਲਓ ਤੁਸੀਂ, 10 ਸਾਲ ਹੋ ਗਿਆ ਵੀ ਇਹ ਰੋਡ ਬਣੇ ਨੇ।
अजे तक रोड की दोबारा नहीं हुई माड़ी मोटी कंप्लेना ने हूं अं करते रहने माड़ी मोटी आ गए माड़ा मोटा जो बंद कदम मिट्टी मुटी पा के चल देंगे और चिप चुप ला के चल देंगे ये तो कम इंदा ही चाहिए ना जेडे अपनी चलो अं तो कहने भी टाइम तो लगता ही है हर हर काम टाइम लगना तो मैं कहना भी चलो जो टाइम लंघ चुके हूँ अगे वाला आने काम जोक सुधार तो बेनती करना सरकार के भी जो रोड जी हालत माड़ी है ये पूरे तरीके का सुधार रागी होम डेकोर Give your home, offices, interior and exterior walls, ceiling, furniture, and door panel an elegant look. Expert in UV PVC wall, wallpapers, partition jali, wood flooring. आपकी काल्पनिक सोच को उतारे आकार में और आकार सवारे आपके घरों दफ्तरों और किसी भी प्रकार के व्यवसायिक स्थलों को 100% इको फ्रेंडली 100% मॉइस्चर प्रूफ 100% टर्माइट प्रूफ एक्सीलेंट वेदर एबिलिटी साउंड रिड्यूसिंग फायर रिटार्डेंट रिसाइकलेबल एंड लाइटवेट जैसी खूबियों से भरी शीट्स बेहतर व आधुनिक पसंद के लिए याद रखें रागी होम डेकोर केयर ऑफ रागी डिस्ट्रीब्यूटर्स एंड प्रमोटर्स वार्ड नंबर 11 नियर नोबेल्टी मॉल ममून रोड पठानकोट कॉन्टेक्ट अस ऑन 9540066113